ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ 'ਚ ਹੁਣ ਪੜ੍ਹੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਨੇ। ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ 'ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44,974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ, ਮੈਂਬਰ ਬਣੇ ਹੋ। ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44,974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ, ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਨਹੀਂ ਥੱਕਦੇ। ਇਹ ਕਹਿਣਾ ਚਾਹੁੰਦਾ, ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ। ਪਹਿਲੀ ਜਿਹੜੀ ਨੌਕਰੀ ਮੈਂ ਐਜ਼ ਅਸਿਸਟੈਂਟ ਲੀਗਲ ਆਫਿਸਰ ਪੰਜਾਬ ਪੁਲਿਸ 'ਚ ਜੁਆਇਨ ਕੀਤਾ ਸੀਗਾ, ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟੈਨਿਊਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟੈਨਿਊਰ ਦੌਰਾਨ ਪ੍ਰਾਪਤ ਕਰ ਰਿਹਾ। ਇਸ ਤੋਂ ਬਾਅਦ ਟ੍ਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ। ਬੜਾ ਅੱਛਾ ਲੱਗ ਰਿਹਾ ਜੀ, ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਯੁਕਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ। ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਅਤੇ ਅੰਮ੍ਰਿਤਸਰ ਦੀਆਂ ਸਿੰਘ ਸਭਾਵਾਂ, ਧਾਰਮਿਕ ਸੇਵਾ ਸੁਸਾਇਟੀਆਂ, ਉਹਨਾਂ ਵੱਲੋਂ ਇਕੱਤਰ ਹੋ ਕੇ ਸੰਗਤ ਜਿਹੜੀ ਸ੍ਰੀ ਖਾਲਸਾ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਹਾਂ, ਜਿਹਦਾ ਮੁੱਖ ਮਨੋਰਥ ਇਹ ਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾਂ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਕਰਕੇ ਕੌਮ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਨਿਘਾਰ ਆਇਆ। ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਭਖਿਆ ਰਿਹਾ, ਉੱਥੇ ਇੱਕ ਅਹਿਮ ਮੁੱਦਾ ਜਿਹੜਾ ਆ, ਪਿਛਲੇ 10 ਸਾਲ ਪਹਿਲਾਂ ਬੀਬੀ ਜਗੀਰ ਕੌਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ, 4 ਸਾਲ ਉਹ ਪ੍ਰਧਾਨ ਰਹੇ ਆ, ਜਿਹਨਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅੰਮ੍ਰਿਤ ਵੀ ਛਕਿਆ ਆ, ਲੇਕਿਨ ਜਿਹੜੀ ਮਰਜ਼ਾਦਾ ਉਹ 'ਤੇ ਪੂਰਾ ਨਹੀਂ ਖੜ੍ਹੇ ਹੋਏ, ਕਿਉਂਕਿ ਇੱਕ ਤਾਂ ਉਹਨਾਂ 'ਤੇ ਕੁੜੀ ਮਾਰ ਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ, ਉਹ 'ਚੋਂ ਸਜ਼ਾ ਹੋ ਚੁੱਕੀ ਆ, ਅਜੇ ਜਮਾਨਤ 'ਤੇ ਉਹ ਬਾਹਰ ਆਏ ਹੋਏ ਆ। ਦੇਖੋ, ਗੁਰਮਤ ਮਰਜ਼ਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ, ਬਹੁਤ ਵੱਡੀ ਅਵੱਗਿਆ ਆ। ਦੂਜਾ, ਉਹ ਰੋਮਾ ਦੀ ਬੇਅਦਬੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹਨਾਂ ਨੇ ਗੁਰੂ ਮਹਾਰਾਜ ਦੀ ਜੋ ਮਰਜ਼ਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਹੈ ਅਤੇ ਕਿਸੇ ਨੇ ਵੀ ਉਹਦੇ ਬਾਅਦ ਤਵੱਜੋ ਨਹੀਂ ਦਿੱਤੀ। ਬਹੁਤ ਕੁਛ ਸੋਸ਼ਲ ਮੀਡੀਏ 'ਤੇ ਅਖਬਾਰਾਂ 'ਚ ਛਪਦਾ ਰਿਹਾ, ਪਰ ਕਿਸੇ ਨੇ ਉਹਦੀ ਸੁਣਾਈ ਨਹੀਂ ਕੀਤੀ। ਅੱਜ ਅਸੀਂ ਇਹ ਆਸ ਲੈ ਕੇ ਆਏ ਹਾਂ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰਧੀਨ ਰੱਖ ਕੇ ਕੋਈ ਨਿਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ, ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਸਾਹਿਬ 'ਤੇ ਤਲਬ ਕਰਕੇ ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਵੱਗਿਆ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ, ਉਹ ਭੰਗ ਕਿਉਂ ਕੀਤੀ ਅਤੇ ਤੁਸੀਂ ਰੋਮਾ ਦੀ ਬੇਅਦਬੀ ਕਿਉਂ ਕੀਤੀ, ਉਹਦਾ ਸਪਸ਼ਟੀਕਰਨ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਸਜ਼ਾ ਦਿੱਤੀ ਜਾਵੇ। ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ। ਸਿੰਘ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਇਹ 'ਤੇ ਜੋ ਬਣਦੀ ਕਾਰਵਾਈ ਉਹ ਕਰਾਂਗੇ।
ਬੀਬੀ ਜਗੀਰਪੁਰ ਜੀ ਵੱਲੋਂ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਹਾਂ, ਭਾਵੇਂ ਉਹ ਬੇਅਦਬੀ ਕਾਂਡ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਭਾਵਾਂ ਦੀ ਗੱਲ ਹੋਵੇ ਜਾਂ ਪਹਿਲਾਂ ਕੋਈ ਹੋਵੇ, ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਹਾਂ ਜਿਹੜੀ ਉਹਨੇ ਸੁਧਾਰ ਲਹਿਰ ਬਣਾਈ ਆ, ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ? ਖੁਦ ਦੇਖੋ ਸਿੱਖੀ ਦੀ ਮਰਿਆਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰਨ ਮਰਿਆਦਾ ਦੇ ਵਿੱਚ ਆਉਂਦਾ ਵੀ ਸਿੱਖ ਨੂੰ ਕਿਸੇ ਤਰ੍ਹਾਂ ਸੰਬੰਧ ਰੱਖਣਾ ਨਹੀਂ ਚਾਹੀਦਾ, ਗੁਰੂ ਤੋਂ ਬੇਮੁਖ ਹੋਈ ਆ, ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਸੋਸ਼ਲ ਮੀਡੀਆ 'ਤੇ ਸਾਰਾ ਅਖਬਾਰਾਂ 'ਚ ਆਉਂਦਾ ਰਿਹਾ। ਉਹ ਕਾਲਤਾ ਦੇ ਜਹਿਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ, ਐਡੀ ਵੱਡੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ 'ਚੋਂ ਨਿਕਲੀ ਆ, ਉਸ ਸੰਸਥਾ ਦਾ ਪ੍ਰਧਾਨ ਬਣਨਾ, ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ, ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾਵੇ, ਸੰਗਤ ਜਿਹੜੀ ਖੇਰੂ ਖੇਰੂ ਹੋਈ ਆ ਉਹ ਇਕੱਤਰ ਹੋ ਸਕੇ। ਆਪਾਂ ਗੁਰੂ ਦੀ ਵਿਚਾਰਧਾਰਾ ਨੂੰ ਇਕੱਠੇ ਕਰਨ ਲਈ ਸ਼ਬਦ ਗੁਰੂ ਨਾਲ ਜੋੜ ਲਈ ਸਾਰੇ ਉਪਰਾਲੇ ਕਰ ਰਹੇ ਹਾਂ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਉੱਦਾਂ ਤਾਂ ਸਾਰਾ ਕੁਝ ਦੱਸ ਹੀ ਚੁੱਕੇ ਨੇ, ਬਸ ਮੈਂ ਤਾਂ ਇਹੀ ਅਸੀਂ ਤਾਂ ਇਹੀ ਆਸ ਰੱਖਦੇ ਹਾਂ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋ ਕੇ ਮਰਿਆਦਾ ਨੂੰ ਕਾਇਮ ਨਹੀਂ ਰੱਖ ਸਕਦਾ, ਅਸੀਂ ਦੂਸਰਿਆਂ ਨੂੰ ਕੀ ਕਹਾਂਗੇ? ਸਾਡਾ ਤਾਂ ਮੇਨ ਮਕਸਦ ਇਹੀ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਸਿੰਘ ਸਾਹਿਬ, ਉਹਨੂੰ ਤਲਬ ਕਰਕੇ ਜੋ ਵੀ ਬਣਦੀ ਕਾਰਵਾਈ ਉੱਤੇ ਕਰਨ, ਤਾਂ ਬਾਕੀਆਂ ਨੂੰ ਵੀ ਪਤਾ ਲੱਗੇ ਅਤੇ ਬਾਕੀ ਵੀ ਜਿਹੜੇ ਗੁਰਮੁਖ ਗੁਰੂ ਤੋਂ ਬੇਮੁਖ ਹੁੰਦੇ ਆ ਉਹਨਾਂ ਨੂੰ ਉਹਦਾ ਪਤਾ ਲੱਗੇ ਤਾਂ ਅੱਗੇ ਤੋਂ ਗੁਰੂ ਤੋਂ ਬੇਮੁਖ ਹੋਣ ਤੋਂ ਵੀ ਬਚਣਗੇ, ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਐਡੇ ਵੱਡੇ ਨੂੰ ਵੀ ਸਜ਼ਾ ਮਿਲ ਸਕਦੀ ਤਾਂ ਅਸੀਂ ਵੀ ਕੋਈ ਦੂਰ ਨਹੀਂ ਹੈਗੇ। ਇਸ ਕਰਕੇ ਮੈਂ ਆਸ ਕਰਾਂਗਾ ਕਿ ਸਿੰਘ ਸਾਹਿਬ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰਕੇ ਤਾਂ ਜਲਦੀ ਤੋਂ ਜਲਦੀ ਜੋ ਵੀ ਬਣਦਾ ਉਹ ਸੰਗਤ ਦੇ ਮੂਹਰੇ ਰੱਖਣ। ਮੈਂ ਅਕਾਲੀ ਦਲ ਦੇ ਮੁੱਦੇ ਦੀ ਤੇ ਇਹੀ ਉਡੀਕ ਕਰਦਾ ਕਿ ਸਿੰਘ ਸਾਹਿਬ ਜਿੱਥੇ ਧਾਰਮਿਕ ਜਥੇਬੰਦੀ ਆ ਸਿੰਘ ਸਾਹਿਬ ਆ ਜਿਹੜੇ ਉਹ ਸਾਡੇ ਸਭ ਤੋਂ ਉੱਤਮ ਹੈ, ਜਿਹੜੀਆਂ ਜਥੇਬੰਦੀਆਂ ਆ ਜਾਂ ਪ੍ਰਧਾਨਗੀਆਂ ਇਹ ਸਾਰੀਆਂ ਬਾਅਦ 'ਚ ਆ, ਉਹਨਾਂ ਨੂੰ ਇੱਕ ਰੱਬ ਰੂਪ ਹੋ ਕੇ ਬਿਲਕੁਲ ਨਿਸ਼ਕਾਮ ਜੋ ਬਣਦੀ ਕਾਰਵਾਈ ਉਹ ਹੀ ਕਰਨੀ ਚਾਹੀਦੀ ਆ, ਤਾਂ ਜਿਹੜੀ ਕਿ ਸਾਰੇ ਪੰਥ ਨੂੰ ਪਰ ਸਾਰੇ ਪੰਥ ਨੂੰ ਮੰਨੇ ਵੀ ਕੋਈ ਉਦਾਂ ਦੀ ਜਿਹੜਾ ਫੈਸਲਾ ਨਹੀਂ ਕਰਨਾ ਚਾਹੀਦਾ ਜਿਹੜਾ ਕੱਲ ਨੂੰ ਪੰਥ ਦੇ ਵਿੱਚ ਦੁਬਧਾ ਪੈਦਾ ਕਰੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।